ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ, ਅੱਜ ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਪੱਤਰ ਸਾਹਿਬ ਲੇਹ ਲਦਾਖ, ਅਤੇ ਆ ਜਾਓ ਆਪਾਂ ਦਰਸ਼ਨ ਕਰੀਏ ਗੁਰਦੁਆਰਾ ਸਾਹਿਬ ਜੀ ਦੇ। ਆਪਾਂ ਹੁਣ ਪਹੁੰਚ ਗਏ ਹਾਂ ਪਾਰਕਿੰਗ ਦੇ ਵਿੱਚ ਬਸ। ਅਤੇ ਸੰਗਤ ਜੀ, ਇਹ ਗੁਰਦੁਆਰਾ ਸਾਹਿਬ ਲੇਹ ਤੋਂ ਸ਼੍ਰੀਨਗਰ ਹਾਈਵੇ ਦੇ ਉੱਤੇ, ਲੇਹ ਤੋਂ 25 ਕਿਲੋਮੀਟਰ ਦੂਰ ਹੈ। ਇੱਥੇ ਗੁਰੂ ਨਾਨਕ ਦੇਵ ਜੀ ਸਾਹਿਬ ਆਏ ਸਨ, ਅਤੇ ਜਦੋਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਕੀਤੀਆਂ, ਉਹਨਾਂ ਵਿੱਚੋਂ ਦੂਜੀ ਉਦਾਸੀ ਕੀਤੀ, ਨੇਪਾਲ ਤਿੱਬਤ ਤੋਂ ਹੁੰਦੇ ਹੋਏ ਇੱਥੇ ਆਏ ਸਨ। ਅਤੇ ਗੁਰੂ ਸਾਹਿਬ ਨੇ ਇੱਥੋਂ ਦਾ ਇਹ ਸੰਗਤ ਨੂੰ ਦਾ ਉਧਾਰ ਕੀਤਾ। ਇੱਥੇ ਇੱਕ ਇਹ ਸਾਰਾ ਗੁਰਦੁਆਰਾ ਸਾਰਾ ਅਰੇਂਜਮੈਂਟ ਇੱਥੇ ਸਾਰਾ ਆਰਮੀ ਇੰਡੀਅਨ ਆਰਮੀ ਕੋਲ ਹੈ। ਇੱਥੇ ਫੌਜੀ ਵੀਰ ਹੀ ਸਾਰਾ ਇਹਦਾ ਸੰਚਾਲਕ ਕਰਦੇ ਨੇ, ਸਾਰਾ ਮੈਨੇਜਮੈਂਟ ਉਹਨਾਂ ਦੇ ਹੀ ਕੋਲ ਹੈ। ਸੰਗਤ ਜੀ ਆਓ, ਆਇਓ ਆਪਾਂ ਤੁਹਾਨੂੰ ਦਰਸ਼ਨ ਕਰਾਈਏ ਗੁਰਦੁਆਰਾ ਸਾਹਿਬ ਦੇ ਅੰਦਰੋਂ ਜੀ, ਅਤੇ ਨਾਲੇ ਇੱਥੋਂ ਦੇ ਇਤਿਹਾਸ ਬਾਰੇ ਆਪ ਜੀ ਨੂੰ ਦੱਸਾਂਗੇ। ਇਹ ਗੁਰਦੁਆਰਾ, ਇਹ ਪੱਥਰ ਹੈ ਜੀ। ਇੱਥੇ ਇੱਕ ਰਾਕਸ਼ ਸੀ ਜਿਹਨੇ, ਜਿਹੜਾ ਮਤਲਬ ਕਿ ਲੋਕਾਂ ਨੂੰ ਬੜਾ ਤੰਗ ਕਰਦਾ ਸੀ। ਜਦੋਂ ਗੁਰੂ ਨਾਨਕ ਦੇਵ ਜੀ ਆਏ ਸਨ ਅਤੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਅੱਗੇ ਫਰਿਆਦ ਕੀਤੀ ਸੀ, ਅਤੇ ਗੁਰੂ ਨਾਨਕ ਦੇਵ ਜੀ ਇੱਥੇ ਆਪਣਾ ਆਸਣ ਇੱਥੇ ਲਾਇਆ ਹੋਇਆ ਸੀ ਗੁਰੂ ਨਾਨਕ ਦੇਵ ਜੀ ਨੇ। ਇੱਥੇ ਨਾਲ ਨਦੀ ਵਗਦੀ ਸੀ ਉਸ ਵਕਤ, ਅਤੇ ਗੁਰੂ ਸਾਹਿਬ ਇੱਥੇ ਆਪਣਾ ਨੇਮ ਕਰ ਰਹੇ ਸੀ, ਭਗਤੀ ਕਰ ਰਹੇ ਸੀ, ਸਿਮਰਨ ਕਰ ਰਹੇ ਸੀ। ਅਤੇ ਜਿਹੜਾ ਤੁਸੀਂ ਆਹ ਵੇਖ ਰਹੇ ਵਿੱਚ ਬਣਿਆ ਹੋਇਆ ਆਕਾਰ ਪੱਥਰ ਦੇ, ਇਹ ਗੁਰੂ ਨਾਨਕ ਦੇਵ ਜੀ ਦਾ ਬਣਿਆ ਹੋਇਆ। ਇੱਥੇ ਤੁਹਾਨੂੰ ਦਿਖਾਉਂਦੇ ਹਾਂ, ਇੱਥੇ ਰਕਸ਼ ਰਹਿੰਦਾ ਹੁੰਦਾ ਸੀ ਪਹਾੜੀ 'ਤੇ। ਉਹਨੇ ਉਹਨੂੰ ਗੁਰੂ ਨਾਨਕ ਦੇਵ ਜੀ ਦੀ ਇਹ ਗੱਲ ਚੰਗੀ ਨਹੀਂ ਵੀ ਲੱਗੀ ਲੋਕਾਂ ਦਾ ਉਧਾਰ ਕਰਨਾ, ਅਤੇ ਉਹਨੇ ਗੁਰੂ ਨਾਨਕ ਜੀ ਦੇ ਉੱਤੇ ਪੱਥਰ ਸੁੱਟ ਦਿੱਤਾ। ਇਹ ਪੱਥਰ ਮੋਹ ਬਣ ਗਿਆ ਸੀ ਉਸ ਵੇਲੇ, ਅਤੇ ਇਹ ਸਾਰਾ ਜਿਵੇਂ ਗੁਰੂ ਨਾਨਕ ਦੇਵ ਜੀ ਦਾ ਆਕਾਰ ਬਣਿਆ ਹੋਇਆ, ਇਹ ਸਾਰਾ ਪੱਥਰ ਮੋਹ ਬਣ ਗਿਆ ਸੀ। ਅਤੇ ਗੁਰੂ ਨਾਨਕ ਦੇਵ ਜੀ ਉਸ ਵੇਲੇ ਭਗਤੀ ਕਰ ਰਹੇ ਸੀ, ਅਤੇ ਫਿਰ ਜਦੋਂ ਰਾਕਸ਼ ਥੱਲੇ ਆਇਆ ਸੀ ਪਹਾੜੀ ਤੋਂ, ਉਹਨੇ ਵੇਖਿਆ ਵੀ ਖਤਮ ਹੋ ਗਏ ਹੋਣਗੇ। ਉਹਨੇ ਪਹਿਲਾਂ ਠੁੱਡਾ ਮਾਰਿਆ, ਤੁਸੀਂ ਦੇਖ ਰਹੇ ਹੋ ਪਹਿਲਾਂ ਇਹ ਜਿਹੜਾ ਨਿਸ਼ਾਨ ਇਹ, ਅਤੇ ਜੋ ਬਾਅਦ 'ਚ ਪੈਰ ਮਾਰਿਆ, ਇਹ ਤੋਂ ਪਹਿਲਾਂ ਜਿਹੜਾ ਥੱਲੇ ਆ ਉਹ ਨਿਸ਼ਾਨ ਜਿਹੜਾ ਨਾ ਤੁਸੀਂ ਦੇਖ ਰਹੇ ਹੋ, ਇਹ ਠੁੱਡਾ ਮਾਰਿਆ ਪਹਿਲਾਂ ਵੀ। ਜਦੋਂ ਉਹਨੇ ਵੇਖਿਆ ਵੀ ਨਹੀਂ ਕੁਛ ਹੋਇਆ, ਪਹਿਲਾਂ ਠੁੱਡਾ ਮਾਰਿਆ, ਫਿਰ ਉਹਨੇ ਜ਼ੋਰ ਦੀ ਪੈਰ ਮਾਰਿਆ, ਉਹਦਾ ਪੈਰ ਹੀ ਵਿੱਚ ਧੱਸ ਗਿਆ। ਅਤੇ ਫਿਰ ਉਹ ਗੁਰੂ ਮਹਾਰਾਜ ਦੇ ਚਰਨਾਂ 'ਚ ਬਾਅਦ 'ਚ ਡਿੱਗ ਗਿਆ ਸੀ, ਉਹਨੇ ਮਾਫ਼ੀ ਮੰਗੀ ਸੀ। ਵੀਰ ਜੀ, ਇਹ ਪਹਾੜੀ ਹੈ ਜਿੱਥੋਂ ਉੱਤੋਂ ਸੱਟਿਆ ਸੀ, ਮਤਲਬ ਕਿ ਪੱਥਰ ਉਹਨੇ ਰਾਕਸ਼ਸ ਨੇ ਸੱਟਿਆ ਸੀ, ਉਹ ਉੱਤੇ ਨਿਸ਼ਾਨ ਬਣਿਆ ਹੋਇਆ, ਤੁਸੀਂ ਦੇਖ ਰਹੇ ਹੋ ਛੋਟਾ ਜਿਹਾ ਇਹ ਰਾਸਤਾ ਬਣਿਆ ਉੱਤੇ ਜਾਣ ਦਾ। ਤੁਹਾਨੂੰ ਦੁਬਾਰਾ ਦਰਸ਼ਨ ਕਰਾਉਂਦੇ ਹਾਂ ਪੱਥਰ ਦੇ। ਉਦੋਂ ਇਸ ਵੇਲੇ ਇੱਥੋਂ ਨਾਲ ਨਦੀ ਜਾਂਦੀ ਸੀ, ਜਿਹੜਾ ਪਹਿਲਾਂ ਇੱਥੇ ਗੁਰਦੁਆਰਾ ਸਾਹਿਬ ਕਾਫੀ ਛੋਟਾ ਹੁੰਦਾ ਸੀ, ਹੁਣ ਤਾਂ ਕਾਫੀ ਵੱਡਾ ਕਰ ਦਿੱਤਾ। ਇੱਥੇ ਸਾਰਾ ਜਿਹੜਾ ਅਰੇਂਜਮੈਂਟ ਹੈ ਫੌਜੀ ਵੀਰ ਵੇਂਦੇ ਨੇ। ਤੁਹਾਨੂੰ ਦੁਬਾਰਾ ਦਰਸ਼ਨ ਕਰਨੇ ਆ। ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ, ਜਿਹੜੀ ਸੰਗਤ ਆਉਂਦੀ ਹੈ ਲੰਗਰ ਛਕ ਕੇ ਜਾਂਦੀ ਹੈ। ਤੁਸੀਂ ਹੋਰ, ਤੁਹਾਨੂੰ ਇਹ ਗੁਰਦੁਆਰਾ ਸਾਹਿਬ ਪਹਿਲਾਂ ਬਣਿਆ ਹੋਇਆ ਸੀ ਪੁਰਾਣਾ, ਹੁਣ ਤਾਂ ਥੱਲੇ ਵੀ ਅਰੇਂਜਮੈਂਟ ਕਰ ਦਿੱਤਾ। ਇੱਥੇ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।